ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ। ਹੋਰ ਸੁਣਾਓ ਤੁਹਾਡਾ ਕੀ ਹਾਲ ਚਾਲ ਆ? ਹੁਣ ਹੈਗਾ ਏ ਮੋਰਨਿੰਗ ਦਾ ਹੈਗਾ ਟਾਈਮ, ਅਤੇ ਆਪਾਂ ਨੇ ਹੁਣ ਲੱਗੇ ਹਾਂ ਰੋਟੀ ਬਣਾਉਣ ਵਾਸਤੇ, ਅਤੇ ਇੱਧਰ ਨਨਦ ਭਰਜਾਈ ਲੱਗੀਆਂ ਨੇ ਰੋਟੀ ਪਕਾਉਣ ਵਾਸਤੇ, ਅਤੇ ਨਾਲੇ ਖੂਬ ਮਾਰਦੀਆਂ ਨੇ ਗੱਲਾਂ, ਕਹਿੰਦੇ ਵੀ ਸਾਨੂੰ ਰੋਟੀ ਪਕਾ ਲਉ, ਨਾਲੇ ਸਾਨੂੰ ਸੇਕ ਲੈਣ ਦਿਉ ਕਿ ਤੁਸੀਂ ਹੋਰ ਕੰਮ ਕਰ ਲਓ। ਅਤੇ ਹੁਣ ਦੋਨੇ ਜਣੀਆਂ ਰੋਟੀ ਪਕਾਉਣ ਲੱਗੀਆਂ ਹੋਈਆਂ ਨੇ, ਅਤੇ ਦੋਨੇ ਜਣੀਆਂ ਦੇ ਵਿੱਚ ਹੋ ਗਈ ਹੁਣ ਅਦਲਾ ਬਦਲੀ। ਕਹਿੰਦੇ ਵੀ ਮੈਂ ਰੋਟੀ ਰਾੜਦੀ ਹਾਂ, ਵੀ ਤੁਸੀਂ ਪਾਓ। ਦੇਖੋ ਜੀ ਇੰਨਾ ਪਿਆਰ ਹੁੰਦਾ ਨਨਦ ਭਰਜਾਈ ਦਾ। ਦੇਖੋ ਜੀ ਹੁਣ ਨਨਦ ਭਰਜਾਈ ਨੇ ਆਪਣੀ ਨਾ ਬਾਰੀ ਬਦਲੀ ਆ, ਉਹ ਕਹਿੰਦੇ ਵੀ ਮੈਂ ਰਾੜੂੰਗੀ ਅਤੇ ਤੁਸੀਂ ਪਾਓ, ਅਤੇ ਬਹੁਤ ਵਧੀਆ ਲੱਗਦਾ। ਦੇਖੋ ਜੀ ਇੱਦਾਂ ਹੀ ਪਿਆਰ ਹੋਣਾ ਚਾਹੀਦਾ ਨਨਦ ਭਰਜਾਈ ਦੇ ਵਿੱਚ। ਅਤੇ ਚੁੱਲ੍ਹੇ 'ਤੇ ਬਣ ਰਹੀਆਂ ਨੇ ਹੁਣ ਗਰਮਾ ਗਰਮ ਕਣਕ ਦੀਆਂ ਰੋਟੀਆਂ, ਅਤੇ ਆਪਾਂ ਤੁਹਾਨੂੰ ਨਾਲ ਦੀ ਨਾਲ ਦਿਖਾਉਣ ਲੱਗੇ ਹੋਏ ਹਾਂ। ਦੇਖੋ ਜੀ ਗੋਲ ਗੋਲ ਰੋਟੀਆਂ ਪੱਕ ਰਹੀਆਂ ਨੇ, ਜੇ ਤੁਸੀਂ ਵੀ ਖਾਣੀਆਂ ਤਾਂ ਆ ਸਕਦੇ ਹੋ। ਅਤੇ ਬੜੇ ਬੜੇ ਫੁਲਕੇ ਪਕਾਉਂਦੇ ਨੇ ਮਾਮੀ ਜੀ, ਉਹਦੀ ਤਾਂ ਕਹਿੰਦੇ ਮੈਨੂੰ ਨਹੀਂ ਛੋਟੀਆਂ ਰੋਟੀਆਂ ਵਧੀਆ ਲੱਗਦੀਆਂ, ਕੀ ਤੁਸੀਂ ਟਿੱਕੀਆਂ ਜੇ ਘੜੀ ਜਾਂਦੇ ਆ। ਦੇਖੋ ਜੀ ਮਾਮੀ ਜੀ ਨਾ ਆਪਣੇ ਜ਼ਿੰਦਗੀ ਨਾ ਤਜਰਬੇ ਸਾਡੇ ਨਾਲ ਸ਼ੇਅਰ ਕਰਦੇ ਆ, ਕਹਿੰਦੇ ਵੀ ਪਹਿਲੇ ਸਮਿਆਂ ਦੇ ਵਿੱਚ ਨਾ ਇਸ ਤਰ੍ਹਾਂ ਬੜੇ ਬੜੇ ਫੁਲਕੇ ਪਕਾਉਂਦੇ ਹੁੰਦੇ ਤੇ, ਅਤੇ ਉਹ ਦੇਖਣ ਨੂੰ ਵੀ ਵਧੀਆ ਲੱਗਦੇ ਅਤੇ ਖਾਣ ਨੂੰ ਵੀ ਬਹੁਤ ਵਧੀਆ ਲੱਗਦੇ ਤੇ। ਚਲੋ ਜੀ ਹੁਣ ਇੱਥੇ ਰੋਟੀਆਂ ਬਣ ਰਹੀਆਂ, ਤੁਸੀਂ ਕਰੋ ਵੀਡੀਓ ਨੂੰ ਇੰਜੋਏ। ਦੇਖੋ ਜੀ ਕਾਫੀ ਠੰਡ ਹੈ, ਇੰਨੀ ਠੰਡ ਦੇ ਬਾਵਜੂਦ ਨਾ ਸਾਡਾ ਛੋਟੂ ਆਲੂ ਦੇ ਵਿੱਚ ਬੈਠਾ, ਇੰਨੀ ਠੰਡ ਵਿੱਚ ਛੋਟੂ ਪਾਣੀ 'ਚ ਬੈਠਾ। ਦੇਖੋ ਜੀ ਅਸੀਂ ਇਹਨੂੰ ਨਾ ਆਲੂ ਦੇ ਵਿੱਚ ਚਾਹ ਦਿੱਤੀ, ਅਸੀਂ ਕਿਹਾ ਤੂੰ ਆਲੂ ਦੇ ਵਿੱਚ ਬਹਿ ਕੇ ਚਾਹ ਪੀ ਲਾ ਗਰਮ ਗਰਮ, ਪਤਾ ਨਹੀਂ ਕੀ ਹੁੰਦਾ। ਚਲੋ ਜੀ ਮੈਂ ਵੀ ਹੁਣ ਲੱਗੀ ਹਾਂ ਚਾਹ ਪੀਣ, ਅਤੇ ਇੱਧਰ ਮੰਮੀ ਜੀ ਉਹਨੀ ਲਿਆ ਕੇ ਆਏ ਨੇ ਗਰਮ ਗਰਮ ਚਾਹ, ਅਤੇ ਮੰਮੀ ਜੀ ਉਹਨਾਂ ਨੇ ਪੌੜੀ 'ਤੇ ਹੀ ਚਾਹ ਡੋਲਤੀ ਹੈ। ਅਤੇ ਠੰਡ ਹੈਗੀ ਹੈ ਦੇਖੋ ਜੀ ਬਹੁਤ ਜ਼ਿਆਦਾ, ਅਤੇ ਸਾਡਾ ਛੋਟੂ ਲੱਗਿਆ ਹੋਇਆ ਹੈ ਆਲੂ ਦੀ ਸਫਾਈ ਕਰਨ ਵਾਸਤੇ। ਦੇਖੋ ਆਲੂ ਦੇ ਵਿੱਚ ਨਾ ਇਸ ਤਰ੍ਹਾਂ ਹਰੇ ਹਰੇ ਵਾਈ ਜੰਮੀ ਹੋਈ ਆ, ਅਤੇ ਅਸੀਂ ਕਿਹਾ ਵੀ ਮੋਟੀ ਮੋਟੀ ਜਿਹੀ ਸਫਾਈ ਕਰਦੇ, ਜਾਂ ਧੁੱਪ ਨਿਕਲੂਗੀ ਨਾ ਫਿਰ ਇਹਨੂੰ ਆਪਾਂ ਤੇਜ਼ਾਬ ਲਾ ਕੇ ਨਾ ਫੇਰ ਸਾਫ਼ ਕਰਾਂਗੇ। ਦੇਖੋ ਜੀ ਬਹੁਤ ਜ਼ਿਆਦਾ ਬੁਰਾ ਹਾਲ ਹੋਇਆ ਪਿਆ ਇਹਦਾ, ਦੇਖੋ ਚਾਰੇ ਪਾਸੇ ਇਹਦੇ ਨਾ ਟਾਈਲਾਂ ਬਿਲਕੁਲ ਵੀ ਦਿਖਾਈ ਨਹੀਂ ਦਿੰਦੀਆਂ ਹੈਗੀਆਂ। ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ। ਹੋਰ ਸੁਣਾਓ ਜੀ ਤੁਹਾਡਾ ਕੀ ਹਾਲ ਚਾਲ ਹੈ? ਹੁਣ ਹੋ ਗਿਆ ਮੋਰਨਿੰਗ ਦੇ ਬੱਜ ਕੇ ਨੇ 12:30, ਅਤੇ ਇੰਨੀ ਜ਼ਿਆਦਾ ਠੰਡ ਹੋਈ ਪਈ ਹੈ ਬਹੁਤ ਜ਼ਿਆਦਾ, ਅਤੇ ਧੁੰਦ ਵੀ ਇੰਨੀ ਜ਼ਿਆਦਾ ਪਈ ਹੋਈ ਨਾ ਕੁਛ ਵੀ ਨਹੀਂ ਦਿਖਦਾ ਹੈਗਾ। ਦੇਖੋ ਜੀ ਸੂਰਜ ਤਾਂ ਬਿਲਕੁਲ ਵੀ ਨਹੀਂ ਨਿਕਲਦਾ ਹੈਗਾ, ਅਤੇ ਕੱਪੜੇ ਨੇ ਆਪਾਂ ਨੇ ਧੋ ਤਾਂ ਲੱਤੇ ਨੇ ਕੱਪੜੇ, ਅਤੇ ਹੁਣ ਸੁੱਕਣਗੇ ਪਤਾ ਨਹੀਂ ਕਿਵੇਂ ਕਿਵੇਂ ਨਹੀਂ ਸੁੱਕਣਗੇ, ਅਤੇ ਕੱਪੜਿਆਂ ਬਿਨਾਂ ਸਰਦਾ ਵੀ ਹੈਗਾ ਨਹੀਂ। ਚਲੋ ਜੀ ਅੱਜ ਆਪਾਂ ਨਾ ਬਿਨਾਂ ਧੁੱਪ ਦੇ ਕੱਪੜੇ ਸੁਕਾਵਾਂਗੇ ਫਟਾਫਟ, ਅਤੇ ਆਪਾਂ ਤੁਹਾਨੂੰ ਦੱਸਦੇ ਹਾਂ ਵੀ ਬਿਨਾਂ ਧੁੱਪ ਦੇ ਕਿਵੇਂ ਕੱਪੜੇ ਸੁੱਕਣਗੇ। ਕੋਈ ਆਪਾਂ ਨੂੰ ਬੈੱਡਾਂ 'ਤੇ ਪਾਉਣ ਦੀ ਲੋੜ ਨਹੀਂ ਹੈਗੀ, ਕੋਈ ਹੇਠਾਂ ਪਾਉਣ ਦੀ ਲੋੜ ਨਹੀਂ ਹੈਗੀ। ਦੇਖੋ ਜੀ ਅੱਜ ਕੱਲ੍ਹ ਆਪਣੇ ਘਰਾਂ ਦੇ ਵਿੱਚ ਨਾ ਬੜੇ ਬੜੇ ਘਰ ਆਪਣੇ ਕੋਈ ਕਮਰਾ ਖਾਲੀ ਹੁੰਦਾ ਹੈ, ਉਹਦੇ ਵਿੱਚ ਨਾ ਤੁਸੀਂ 2-3 ਤਾਰਾਂ ਬੰਨ ਲਓ, ਤਾਰਾਂ ਬੰਨ ਕੇ ਨਾ ਅਤੇ ਸੌਖੇ ਤਰੀਕੇ ਨਾਲ ਨਾ ਵੀ ਕੱਪੜੇ ਸੁੱਕਣੇ ਪਾਓ, ਪਾ ਕੇ ਨਾ ਤੁਸੀਂ ਪੱਖਾ ਵੀ ਚਲਾ ਸਕਦੇ ਹਾਂ। ਦੇਖੋ ਜੀ ਅੱਜ ਕੱਲ੍ਹ ਤਾਂ ਬਾਜ਼ਾਰਾਂ ਦੇ ਵਿੱਚ ਸਟੈਂਡ ਮਿਲ ਜਾਂਦੇ ਆ, ਤੁਸੀਂ ਸੌਖੇ ਤਰੀਕੇ ਨਾਲ ਨਾ ਸਟੈਂਡ ਦੇ ਉੱਪਰ ਕੱਪੜੇ ਪਾ ਸਕਦੇ ਹਾਂ, ਅਤੇ ਬਹੁਤ ਵਧੀਆ ਨਾ ਸੁੱਕਣਗੇ ਕੱਪੜੇ, ਅਤੇ ਉੱਪਰ 'ਤੇ ਤੁਸੀਂ ਨਾ ਪੱਖਾ ਵੀ ਚਲਾ ਸਕਦੇ ਹਾਂ, ਅਤੇ ਦੋਨੇ ਪਾਸੇ ਦੀ ਨਾ ਹਵਾ ਕ੍ਰੋਸ ਹੋਊਗੀ, ਅਤੇ ਕੱਪੜੇ ਨਾ ਆਪਣੇ ਬਹੁਤ ਸੌਖੇ ਤਰੀਕੇ ਨਾਲ ਸੁੱਕ ਜਾਣਗੇ, ਕੋਈ ਆਪਾਂ ਨੂੰ ਬੈੱਡਾਂ 'ਤੇ ਕੱਪੜੇ ਪਾਉਣ ਦੀ ਲੋੜ ਨਹੀਂ ਹੈਗੀ। ਦੇਖੋ ਜੀ ਅੱਜ ਕੱਲ੍ਹ ਬਹੁਤ ਕਈ ਮੇਰੀਆਂ ਭੈਣਾਂ ਨਾ ਬੈੱਡਾਂ ਦੇ ਉੱਪਰ ਕੱਪੜੇ ਸੁੱਕਣੇ ਪਾ ਦਿੰਦੀਆਂ ਹੈ, ਉਹ ਗਿੱਲੇ ਹੁੰਦੇ ਕੱਪੜੇ, ਦੇਖੋ ਜੀ ਉਹ ਜਿਹੜੇ ਮਹਿੰਗੇ ਭਾਅ ਦੇ ਨਾ ਗੱਦੇ ਹੁੰਦੇ ਆ ਬੈੱਡ ਹੁੰਦੇ ਆ, ਉਹ ਸਲਾਬ ਚੜ੍ਹ ਕੇ ਨਾ ਗੱਦੇ ਵੀ ਖਰਾਬ ਹੋਣਗੇ, ਅਤੇ ਸਿਉਂਕ ਪੈਣ ਦਾ ਵੀ ਡਰ ਹੁੰਦਾ। ਤੁਸੀਂ ਇਹੋ ਜਿਹੀ ਗਲਤੀ ਨਾ ਬਿਲਕੁਲ ਵੀ ਨਾ ਕਰੋ,
ਇਹਦੇ ਨਾਲੋਂ ਤਾਂ ਨਾ ਤੁਸੀਂ ਬਾਜ਼ਾਰ ਚੋਂ ਸਟੈਂਡ ਲਿਆਓ, ਤੇ ਮੌਸਮ ਹੈਗਾ ਠੰਡਾ, ਤੇ ਠੰਡੇ ਮੌਸਮ ਦੇ ਵਿੱਚ ਨਾ ਕੱਪੜੇ ਫਿਰ ਬਹੁਤ ਵਧੀਆ ਸੁੱਕਣਗੇ। ਤੇ ਜਦੋਂ ਆਪਾਂ ਮੈਟਰ ਤੇ ਪਾ ਲੈਂਦੇ ਹਾਂ ਫਿਰ ਆਪਾਂ ਨੇ ਉਹਨਾਂ ਦੇ ਉੱਪਰ ਪੈਣਾ ਬੈਠਣਾ ਵੀ ਹੁੰਦਾ ਹੈ। ਦੇਖੋ ਜੀ, ਉਹਦੇ ਨਾਲ ਨਾ ਫਿਰ ਨਾ ਬੰਦਾ ਬਿਮਾਰ ਵੀ ਹੋ ਸਕਦਾ ਹੈ, ਤੇ ਬਿਲਕੁਲ ਵੀ ਇਹੋ ਜਿਹੀਆਂ ਗਲਤੀਆਂ ਨਾ ਕਰੋ। ਦੇਖੋ ਹੁਣ ਗਿੱਲੇ ਦਾ ਕੱਪੜੇ ਆ, ਇਹਨਾਂ ਨੂੰ 3-4 ਦਿਨ ਦੇ ਵਿੱਚ ਤਾਂ ਇਹ ਕੱਪੜੇ ਸੁੱਕਦੇ ਆ। ਦੇਖੋ ਹੁਣ ਅਸੀਂ ਆ ਨਾ, ਸਾਡੇ ਬਾਥਰੂਮ ਹੈ ਇਹ ਹੈਗਾ ਕਾਫੀ ਖੁੱਲਾ, ਇਹਦੇ ਵਿੱਚ ਆਪਾਂ ਨੇ ਨਾ ਦੋ ਲਾਈਨਾਂ ਦੇ ਵਿੱਚ ਨਾ ਇਸ ਤਰ੍ਹਾਂ ਲੰਬੇ ਲੰਬੀਆਂ ਰੱਸੀਆਂ ਬੰਨ ਦਿੱਤੀਆਂ, ਤੇ ਸੌਖੇ ਤਰੀਕੇ ਨਾਲ ਨਾ ਖੁੱਲੇ ਖੁੱਲੇ ਕੱਪੜੇ ਪਾ ਦੇਵਾਂਗੇ, ਤੇ ਗੇਟ ਬੰਦ ਕਰਕੇ ਫਿਰ ਆਪਾਂ ਨੇ ਚਲਾ ਲੈਣਾ ਪੱਖਾ, ਤੇ ਇਹਨਾਂ ਨੇ ਹਵਾ ਦੇ ਨਾਲ ਐਂ ਸੁੱਕ ਜਾਣਾ। ਧੁੱਪ ਦਾ ਤਾਂ ਹੁਣ ਤੁਹਾਨੂੰ ਪਤਾ ਹੀ ਹੈ, ਪਤਾ ਨਹੀਂ ਕਦੋਂ ਨਿਕਲੂਗੀ ਕਦੋਂ ਨਹੀਂ। ਹੁਣ ਪੋਹ ਦਾ ਮਹੀਨਾ ਚੱਲਦਾ ਹੈ, ਠੰਡ ਵੀ ਪੈਣੀ ਜ਼ਰੂਰੀ ਹੈ। ਚਲੋ ਜੀ, ਹੁਣ ਆਪਾਂ ਗੱਲਾਂ ਬਾਤਾਂ ਕਰਦੇ ਤੁਹਾਡੇ ਨਾਲ, ਤੇ ਆਪਾਂ ਹੁਣ ਕੱਪੜੇ ਪਾ ਦਿੰਦੇ ਹਾਂ ਸੁੱਕਣੇ, ਤੇ ਬਹੁਤ ਵਧੀਆ ਆਪਣੇ ਨਾ ਸੌਖੇ ਤਰੀਕੇ ਨਾਲ ਨਾ ਖੁੱਲੇ ਖੁੱਲੇ ਆਪਾਂ ਨੇ ਪਾ ਦੇਣੇ ਆ, ਤੇ ਇਹਨਾਂ ਨੇ ਨਾ ਐਨ ਵਧੀਆ ਸੁੱਕ ਕੇ ਹੋ ਜਾਣਾ ਤਿਆਰ। ਬੇਟਾ ਆਪਣਾ ਕੱਪੜੇ ਪਾ ਦਿਓ। ਦੇਖੋ ਜੀ, ਜਿਹੜੇ ਪਸ਼ਮ ਦੇ ਕੱਪੜੇ ਹੁੰਦੇ ਆ ਨਾ, ਇਹ ਬਹੁਤ ਔਖੇ ਸੁੱਕਦੇ ਨੇ। ਤੁਸੀਂ ਇਹੀ ਜਿਹੀ ਗਲਤੀ ਬਿਲਕੁਲ ਨਾ ਕਰਿਓ ਵੀ ਜਿਵੇਂ ਤੁਸੀਂ ਬੈਡਾਂ ਦੇ ਪੌੜੀ ਦੇ ਡੰਡਿਆਂ ਦੇ ਪਾ ਦਿੰਦੇ ਆ ਨਾ, ਉਹ ਫਿਰ ਉਹਦੇ ਨਾਲ ਨਾ ਸਿਉਂਕ ਲੱਗਣੀ ਸ਼ੁਰੂ ਹੋ ਜਾਂਦੀ ਹੈ ਗਿੱਲੇ ਕੱਪੜਿਆਂ ਨਾਲ। ਦੇਖੋ ਜੀ, ਜਿਹੜੇ ਸਟੈਂਡ ਬਣੇ ਹੁੰਦੇ ਆ ਨਾ, ਇਹ ਕੱਪੜਿਆਂ ਵਾਸਤੇ ਹੀ ਬਣੇ ਹੁੰਦੇ ਆ, ਇਹ ਆਪਾਂ ਨੂੰ ਲਿਆਉਣੇ ਚਾਹੀਦੇ। ਜੇ ਤੁਹਾਡੇ ਕੋਲ ਇੱਕ ਸਟੈਂਡ ਨਹੀਂ ਸਰਦਾ ਨਾ, ਤੁਸੀਂ 2 ਸਟੈਂਡ ਲਿਆਓ। ਅੱਜ ਕੱਲ੍ਹ ਆਪਾਂ ਗੌਰ ਨਹੀਂ ਕਰਦੇ ਹੈਗੇ, ਆਪਾਂ ਜਿੱਥੇ ਦੇਖਦੇ ਹਾਂ ਉੱਥੇ ਕੱਪੜਿਆਂ ਨੂੰ ਸਿੱਟ ਦਿੰਦੇ ਹਾਂ। ਇਹੋ ਜਿਹੀ ਗਲਤੀ ਬਿਲਕੁਲ ਨਾ ਕਰੋ। ਫਿਰ ਆਏ ਆ, ਫਿਰ ਇੰਨੀ ਮਿਹਨਤ ਨਾਲ ਚੀਜ਼ਾਂ ਬਣਦੀਆਂ, ਉਹ ਬੇਕਾਰ ਹੋ ਗਈਆਂ, ਫਿਰ ਕੋਈ ਫਾਇਦਾ ਨਹੀਂ ਹੈਗਾ। ਚਲੋ ਜੀ, ਆਪਾਂ ਨੇ ਨਾ ਸਾਰੇ ਕੱਪੜੇ ਪਾ ਦਿੱਤੇ ਨੇ, ਤੇ ਆਪਾਂ ਨੇ ਹੁਣ ਪਤਾ ਕੀ ਕਰਨਾ ਹੈ ਉਹ ਵੀ ਆਪਾਂ ਤੁਹਾਨੂੰ ਦੱਸਦੇ ਹਾਂ ਵੀ ਆਪਾਂ ਨੇ ਹੁਣ ਕਿਹੜਾ ਕੰਮ ਕਰਨਾ ਹੈ। ਦੇਖੋ ਜੀ, ਆਪਾਂ ਨੇ ਨਾ ਬਹੁਤ ਆਸਾਨੀ ਨਾਲ ਨਾ ਖੁੱਲੇ ਖੁੱਲੇ ਕੱਪੜੇ ਪਾ ਦਿੱਤੇ ਨੇ, ਤੇ ਉਸਦੇ ਮਗਰ ਹੁਣ ਆਪਾਂ ਨੇ ਚਲਾ ਦੇਣਾ ਹੈ ਪੱਖਾ। ਦੇਖੋ, ਆਪਾਂ ਨੇ ਹੁਣ ਪੱਖਾ ਚਲਾ ਦਿੱਤਾ ਹੈ, ਪੱਖੇ ਦੇ ਨਾਲ ਨਾ ਆਪਣੇ ਕੱਪੜੇ ਸੁੱਕਣਗੇ, ਤੇ ਆਪਾਂ ਨੇ ਨਾ ਹੁਣ ਲਾ ਦੇਣਾ ਹੈ ਗੇਟ। ਦੇਖੋ ਜੀ, ਹੁਣ ਆਪਾਂ ਨੇ ਪੱਖਾ ਚਲਾ ਦਿੱਤਾ ਹੈ, ਤੇ ਆਪਣੇ ਕੱਪੜੇ ਨਾ ਹੁਣ ਦੇਖੋ ਹਵਾ ਦੇ ਵਿੱਚ ਨਾ ਕਿੰਨੇ ਸੋਹਣੇ ਸੁੱਕ ਰਹੇ ਨੇ, ਇਹਨਾਂ ਨੇ ਸ਼ਾਮ ਤੱਕ ਨਾ ਚੰਗੀ ਤਰ੍ਹਾਂ ਸੁੱਕ ਜਾਣੇ, ਤੇ ਇਹ ਤਰੀਕਾ ਹੈਗਾ ਬਹੁਤ ਵਧੀਆ। ਤੁਸੀਂ ਵੀ ਆਪਣੇ ਘਰ ਦੇ ਵਿੱਚ ਨਾ ਬਿਨਾਂ ਧੁੱਪ ਦੇ ਕੱਪੜੇ ਇਸ ਤਰ੍ਹਾਂ ਸੁਕਾ ਕੇ ਦੇਖਿਓ। ਚਲੋ ਜੀ, ਹੁਣ ਆਪਾਂ ਮਿਲਦੇ ਹਾਂ ਅਗਲੀ ਵੀਡੀਓ 'ਚ। ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਦੁੱਧ ਲਿਆਂਦਾ? ਉਹ ਦੂਈ ਮੈਂ ਤੇਰੇ ਦੁੱਧ ਦੇਤਾ। ਉੱਥੇ ਢੱਕ ਦੇ, ਸੈਰ ਪਤੇ ਰੱਖ ਦੇ, ਉਹ ਨਾਲੇ ਐਂ ਕਰ, ਉਹ ਤਾਊ ਦੇ ਘਰ ਨਾ ਅੱਜ 5 ਕਿਲੋ ਦੁੱਧ ਦੇ ਕੇ ਆਈ। ਉਹ ਕਹਿੰਦੇ ਤੇ ਕਹਿੰਦੇ ਅਸੀਂ ਨਾ ਵੀ ਉਹ ਕਰਨਾ ਹੈ, ਖੋਆ ਕੱਢਣਾ ਹੈ, ਬਰਫੀ ਬਣਾਉਣੀ ਹੈ। ਆਹੋ, ਟੋਲੀ ਭਰ ਕੇ ਫੜਾਇਆ ਜੀ, ਅਤੇ ਬਾਕੀ ਜਿਹੜਾ ਹੋਊਗਾ ਨਾ ਉੱਥੇ ਉਹਨੂੰ ਪਾ ਦੀ, ਸ਼ੇਰੂ ਅਤੇ ਰੂਸੀ ਨੂੰ ਪਾ ਦੀ 2-2 ਲੀਟਰ, ਅਤੇ ਬਾਕੀ ਡੈਰੀ 'ਚ ਪਾ ਦੀ। ਠੀਕ ਹੈ।